ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਗਏ ਨੇ। ਦੱਸ ਦਈਏ ਕਿ ਬੀਜੇਪੀ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਆਪਣੀਆਂ ਬਿਆਨਬਾਜ਼ੀਆਂ ਦੇ ਰਹੀ ਹੈ ਤੇ ਲੋਕਾਂ ਦੇ ਵੱਲੀ ਹਰ ਜਿਹੜੀ ਗੱਲ ਨੂੰ ਲੈ ਕੇ ਅਣਦੇਖਾ ਕਰਦੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਤੱਕ ਜਿੰਨੇ ਵੀ ਉਹਨਾਂ ਦੇ ਮੰਤਰੀਆਂ ਨੂੰ ਲੈ ਕੇ ਕਾਰਵਾਈ ਹੋਣ ਨੂੰ ਲੈ ਕੇ ਆਵਾਜ਼ ਉਠਾਈ ਗਈ ਹੈ ਅੱਜ ਤੱਕ ਉਹਨਾਂ ਨੇ ਹਮੇਸ਼ਾ ਹੀ ਅਣਗਹਿਲੀ ਕੀਤੀ ਹੈ ਤੇ ਇਹ ਗੱਲਾਂ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ। ਤੇ ਅਜਿਹੀਆਂ ਜਿਹੜੀਆਂ ਗੱਲਾਂ ਨੇ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਸਵਾਲ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਲੋਕਾਂ ਨੂੰ ਦਿਖਾਵਾ ਕਰਦੀ ਹੈ ਤੇ ਜਿਹੜੀ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਪੂਰਾ ਨਹੀਂ ਕਰਦੀ ਤੇ ਉਹਨਾਂ ਦੇ ਵੱਲੋਂ ਇਹ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਤੇ ਆਓ ਸੁਣਦੇ ਅੱਗੇ ਸੁਨੀਲ ਜਾਖੜ ਦਾ ਕਹਿਣਾ ਕੀ ਹੈ। ਡੇਢ ਸਾਲ ਹੋ ਗਿਆ ਭਗਵੰਤ ਮਾਨ ਜੀ ਨੂੰ ਕਰਦੇ ਆ, ਇੱਕ ਬੜਾ ਲੰਬਾ ਇਤਿਹਾਸ ਹੈ, ਕਿੰਨੇ ਕੁ ਲੋਕਾਂ ਦੇ ਉੱਤੇ ਉਹਨਾਂ ਨੇ ਕੇਸ ਕੀਤਾ, ਕਿਹੜਾ ਕੇਸ ਸਿਰੇ ਪਹੁੰਚਿਆ। ਇਨਫੈਕਟ ਵਿਜੇ ਸਿੰਗਲਾ ਜੀ ਦੇ ਮੈਂ ਬਾਰ ਬਾਰ ਇਸ ਗੱਲ ਦੀ ਦੁਹਾਈ ਦਿੰਦਾ, ਵਿਜੇ ਸਿੰਗਲਾ ਜੀ ਇਹਨਾਂ ਦੇ ਆਪਣੇ ਮੰਤਰੀ ਸੀ, ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਰਿਪੋਰਟ ਨਹੀਂ। ਖੁਦ ਭਗਵੰਤ ਮਾਨ ਜੀ ਨੇ ਉਹਦਾ ਸੰਗਿਆਨ ਲੈ ਕੇ ਵੀ ਮੈਂ ਆਈ ਟੇਕ ਨੋਟਿਸ ਆਫ ਜਿਹੜੀ ਆ ਮੇਰੀ ਨਿਗਾਹ 'ਚ ਆਈ ਹੈ ਅਤੇ ਉਹਨਾਂ ਨੂੰ ਸਸਪੈਂਡ ਕਰਤਾ, ਕੇਸ ਬਣਾਤਾ, ਕੋਰਟ ਨੇ ਉਹ ਕੇਸ ਚੱਕ ਕੇ ਬਾਹਰ ਸਿੱਟਤਾ। ਇਸ ਤੋਂ ਕੀ ਦੇਖੀਏ। ਉਹਦੇ ਬਾਅਦ ਉਹਨਾਂ ਨੇ ਚਰਨਜੀਤ ਚੰਨੀ ਦੇ ਕਿਹਾ ਸੀਗਾ, ਉਹਨਾਂ ਵਾਸਤੇ ਕਿਹਾ ਸੀਗਾ ਵੀ ਉਹਨਾਂ ਨੇ ਪੈਸੇ ਲੈ ਕੇ ਉਹ ਮੁੰਡੇ ਨੂੰ ਨੌਕਰੀਆਂ ਲਵਾਉਣ ਦੀ ਗੱਲ ਕੀਤੀ, ਉਸ ਦਾ ਵੀ ਕੁਛ ਨਹੀਂ ਬਣਿਆ। ਸੋ ਭਗਵੰਤ ਮਾਨ ਜੀ ਆਪਣੀ ਕ੍ਰੈਡੀਬਿਲਿਟੀ ਆਪਣੀ ਦੀ ਜਦੋਂ ਮੈਂ ਗੱਲ ਕਰਦਾ ਕ੍ਰੈਡੀਬਿਲਿਟੀ ਆਫ ਦਾ ਪੋਜੀਸ਼ਨ, ਜਿਸ ਗੱਦੀ ਤੇ ਬੈਠੇ ਹੈ ਮੁੱਖ ਮੰਤਰੀ ਦੀ ਗੱਦੀ ਦੀ ਕ੍ਰੈਡੀਬਿਲਿਟੀ ਖਤਮ ਹੋ ਜੂਗੀ ਜਿਸ ਤਰ੍ਹਾਂ ਰੋਜ਼ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਤਾਂ। ਇਹ ਦੇਖੋ ਕੋੜ ਕਿੱਲੀ ਦੀ ਪੂਛ ਦੀ ਗੱਲ ਕਰਨਾ, ਇਹ ਕੋਈ ਗੱਲਾਂ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ। ਮੈਂ ਇੰਨੀ ਬੇਨਤੀ ਕਰੂੰਗਾ। ਅੱਜ ਮੁੱਖ ਮੰਤਰੀ ਜਿਹੜੇ ਨੇ ਪਟਿਆਲਾ ਦੇ ਵਿੱਚ ਜਾਂਦੇ ਨੇ ਔਰ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਮੁਗਲਾਂ ਦੇ ਨਾਲ ਰਹੇ, ਅੰਗਰੇਜ਼ਾਂ ਦੇ ਨਾਲ ਰਹੇ ਤੇ ਹੁਣ ਭਾਜਪਾ ਦੇ ਨਾਲ ਵੀ ਨੇ। ਦੇਖੋ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਪੰਜਾਬ ਦੇ ਲੋਕਾਂ ਦੇ ਨਾਲ ਖੜਨ, ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਪ੍ਰਤੀ ਹੈ, ਨਾ ਕਿ ਕੇਜਰੀਵਾਲ ਸਾਹਿਬ ਦੇ ਪ੍ਰਤੀ ਹੈ। ਉਹ ਜਿਹੜੀ ਗੱਲ ਇੱਥੇ ਅਮਿਤ ਸ਼ਾਹ ਜੀ ਕਹਿ ਕੇ ਗਏ ਸੀ ਕਿ ਹਵਾਈ ਜਹਾਜ਼ ਉਹਨਾਂ ਨੂੰ ਦੇਣ ਵਾਸਤੇ, ਭਗਵੰਤ ਮਾਨ ਜੀ ਸਾਰੇ ਦਿਨ ਕੇਜਰੀਵਾਲ ਸਾਹਿਬ ਦਾ ਬਸਤਾ ਲੈ ਕੇ ਦੇਸ਼ ਦੇ ਅੰਦਰ ਅੰਦਰ ਫਿਰ ਰਹੇ ਆ, ਜੇ ਇੱਥੇ ਮੌਕੇ 'ਤੇ ਹੁੰਦੇ ਤਾਂ ਨਾੜ ਤਾਂ ਹੜ ਦੀ ਐਡੀ ਨੁਕਸਾਨ ਹੋਣਾ ਸੀਗਾ। ਆਪਣਾ ਬਾਗਡੋਰ ਸੰਭਾਲਣ ਲੋਕਾਂ ਨੇ, ਤੁਹਾਨੂੰ ਪੰਜਾਬ ਦੀ ਬਾਗਡੋਰ ਦਿੱਤੀ ਹੈ, ਨਾ ਕਿ ਹਵਾਈ ਜਹਾਜ਼ ਦਾ ਤੁਹਾਨੂੰ ਰੇਡਰ ਉਹ ਪਕੜਾਇਆ ਵੀ ਤੁਸੀਂ ਹਵਾਈ ਜਹਾਜ਼ ਉਹਨਾਂ ਵਾਸਤੇ ਉਡਾਓ ਕੇਜਰੀਵਾਲ ਸਾਹਿਬ ਵਾਸਤੇ। ਡੇਢ ਸਾਲ ਹੋ ਗਿਆ ਭਗਵੰਤ ਮਾਨ ਜੀ ਨੂੰ ਕਰਦੇ ਆ, ਇੱਕ ਬੜਾ ਲੰਬਾ ਇਤਿਹਾਸ ਹੈ, ਕਿੰਨੇ ਕੁ ਲੋਕਾਂ ਦੇ ਉੱਤੇ ਉਹਨਾਂ ਨੇ ਕੇਸ ਕੀਤਾ, ਕਿਹੜਾ ਕੇਸ ਸਿਰੇ ਪਹੁੰਚਿਆ। ਇਨਫੈਕਟ ਵਿਜੇ ਸਿੰਗਲਾ ਜੀ ਦੇ ਮੈਂ ਬਾਰ ਬਾਰ ਇਸ ਗੱਲ ਦੀ ਦੁਹਾਈ ਦਿੰਦਾ, ਵਿਜੇ ਸਿੰਗਲਾ ਜੀ ਇਹਨਾਂ ਦੇ ਆਪਣੇ ਮੰਤਰੀ ਸੀ, ਉਹਦੇ ਵਿੱਚ ਕੋਈ ਕਿਸੇ ਕਿਸਮ ਦੀ ਰਿਪੋਰਟ ਨਹੀਂ। ਖੁਦ ਭਗਵੰਤ ਮਾਨ ਜੀ ਨੇ ਉਹਦਾ ਸੰਗਿਆਨ ਲੈ ਕੇ ਵੀ ਮੈਂ ਆਈ ਟੇਕ ਨੋਟਿਸ ਆਫ ਜਿਹੜੀ ਆ ਮੇਰੀ ਨਿਗਾਹ 'ਚ ਆਈ ਹੈ ਅਤੇ ਉਹਨਾਂ ਨੂੰ ਸਸਪੈਂਡ ਕਰਤਾ, ਕੇਸ ਬਣਾਤਾ, ਕੋਰਟ ਨੇ ਉਹ ਕੇਸ ਚੱਕ ਕੇ ਬਾਹਰ ਸਿੱਟਤਾ। ਅਤੇ ਇਸ ਤੋਂ ਕੀ ਦੇਖੀਏ। ਉਹਦੇ ਬਾਅਦ ਉਹਨਾਂ ਨੇ ਚਰਨਜੀਤ ਚੰਨੀ ਦੇ ਕਿਹਾ ਸੀਗਾ, ਉਹਨਾਂ ਵਾਸਤੇ ਕਿਹਾ ਸੀਗਾ ਵੀ ਉਹਨਾਂ ਨੇ ਪੈਸੇ ਲੈ ਕੇ ਉਹ ਮੁੰਡੇ ਨੂੰ ਨੌਕਰੀਆਂ ਲਵਾਉਣ ਦੀ ਗੱਲ ਕੀਤੀ, ਉਸ ਦਾ ਵੀ ਕੁਛ ਨਹੀਂ ਬਣਿਆ। ਸੋ ਭਗਵੰਤ ਮਾਨ ਜੀ ਆਪਣੀ ਕ੍ਰੈਡੀਬਿਲਿਟੀ ਆਪਣੀ ਦੀ ਜਦੋਂ ਮੈਂ ਗੱਲ ਕਰਦਾ ਕ੍ਰੈਡੀਬਿਲਿਟੀ ਆਫ ਦਾ ਪੋਜੀਸ਼ਨ, ਜਿਸ ਗੱਦੀ 'ਤੇ ਬੈਠੇ ਹੈ ਮੁੱਖ ਮੰਤਰੀ ਦੀ ਗੱਦੀ ਦੀ ਕ੍ਰੈਡੀਬਿਲਿਟੀ ਖਤਮ ਹੋ ਜੂਗੀ ਜਿਸ ਤਰ੍ਹਾਂ ਰੋਜ਼ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਤਾਂ। ਇਹ ਦੇਖੋ ਕੋੜ ਕਿੱਲੀ ਦੀ ਪੂਛ ਦੀ ਗੱਲ ਕਰਨਾ, ਇਹ ਕੋਈ ਗੱਲਾਂ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ। ਮੈਂ ਇੰਨੀ ਬੇਨਤੀ ਕਰੂੰਗਾ। ਅੱਜ ਮੁੱਖ ਮੰਤਰੀ ਜਿਹੜੇ ਨੇ ਪਟਿਆਲਾ ਦੇ ਵਿੱਚ ਜਾਂਦੇ ਨੇ ਔਰ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਮੁਗਲਾਂ ਦੇ ਨਾਲ ਰਹੇ, ਅੰਗਰੇਜ਼ਾਂ ਦੇ ਨਾਲ ਰਹੇ ਤੇ ਹੁਣ ਭਾਜਪਾ ਦੇ ਨਾਲ ਵੀ ਨੇ। ਦੇਖੋ ਭਗਵੰਤ ਮਾਨ ਜੀ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਪੰਜਾਬ ਦੇ ਲੋਕਾਂ ਦੇ ਨਾਲ ਖੜਨ, ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ ਪ੍ਰਤੀ ਹੈ, ਨਾ ਕਿ ਕੇਜਰੀਵਾਲ ਸਾਹਿਬ ਦੇ ਪ੍ਰਤੀ ਹੈ। ਉਹ ਜਿਹੜੀ ਗੱਲ ਇੱਥੇ ਅਮਿਤ ਸ਼ਾਹ ਜੀ ਕਹਿ ਕੇ ਗਏ ਸੀ ਕਿ ਹਵਾਈ ਜਹਾਜ਼ ਉਹਨਾਂ ਨੂੰ ਦੇਣ ਵਾਸਤੇ, ਭਗਵੰਤ ਮਾਨ ਜੀ ਸਾਰੇ ਦਿਨ ਕੇਜਰੀਵਾਲ ਸਾਹਿਬ ਦਾ ਬਸਤਾ ਲੈ ਕੇ ਦੇਸ਼ ਦੇ ਅੰਦਰ ਅੰਦਰ ਫਿਰ ਰਹੇ ਆ, ਜੇ ਇੱਥੇ ਮੌਕੇ 'ਤੇ ਹੁੰਦੇ ਤਾਂ ਨਾੜ ਤਾਂ ਹੜ ਦੀ ਐਡੀ ਨੁਕਸਾਨ ਹੋਣਾ ਸੀਗਾ। ਆਪਣਾ ਬਾਗਡੋਰ ਸੰਭਾਲਣ ਲੋਕਾਂ ਨੇ, ਤੁਹਾਨੂੰ ਪੰਜਾਬ ਦੀ ਬਾਗਡੋਰ ਦਿੱਤੀ ਹੈ, ਨਾ ਕਿ ਹਵਾਈ ਜਹਾਜ਼ ਦਾ ਤੁਹਾਨੂੰ ਰੇਡਰ ਪਕੜਾਇਆ ਵੀ ਤੁਸੀਂ ਹਵਾਈ ਜਹਾਜ਼ ਉਹਨਾਂ ਵਾਸਤੇ ਉਡਾਓ ਕੇਜਰੀਵਾਲ ਸਾਹਿਬ ਵਾਸਤੇ।